ਸੁਣੀਆਂ, ਨਾ ਮੇਰੀ ਬਲਾਡੇ ਸੁਣੀ, ਨਾ ਮੇਰੀ ਮਾਨਸਾ ਸੁਣੀ, ਮੇਰੀ ਗੱਲ ਨਹੀਂ ਕਿਸੇ ਨੇ ਵੀ ਸੁਣੀ ਹੈਗੀ। ਅਸੀਂ ਜੀ ਸਾਰਿਆਂ ਨੂੰ ਕਹਿੰਦੇ ਰੱਖੇ ਸਧਾਣੇ ਵਾਹੁਰਾਂ ਨੂੰ ਵੀ ਸਾਡੀ ਬਾਂਹ ਫੜਨਾ ਜੀ, ਕੋਈ ਨਹੀਂ ਬਾਂਹ ਫੜਦਾ ਜੀ, ਸਾਡੇ ਇਹੀ ਮੰਗਦੇ ਜੀ ਸਾਡੇ। ਹੱਥ ਮੰਨ ਕੇ ਕਹਿੰਦੀ ਹੈਗੀ ਵੀ ਮੇਰਾ ਕੋਈ ਹੱਲ ਕਰ ਦੇ, ਮੈਂ ਬਾਹਰ ਹੀ ਔਖੀ ਹੈਗੀ, ਮੇਰਾ ਨਾ ਕੋਈ ਭੈਣ ਨਾ ਭਾਈ ਕੋਈ ਨਹੀਂ, ਸੁਣ ਰਹਿ ਕੇ ਸੁਣਨੇ ਜਾ, ਜਦੋਂ ਕੋਈ ਮੇਰੇ ਕੋਲ ਵੀ ਕੁਛ ਨਹੀਂ ਹੈਗਾ। ਮੈਂ ਤਾਂ ਗਰੀਬਣੀ ਆ ਕਿ ਮੈਂ ਹੱਥ ਬੰਨਦੀ ਹਾਂ ਵੀ ਮੇਰੇ ਬੇਟੇ ਦਾ ਮੈਨੂੰ ਇਨਸਾਫ ਮਿਲ ਜਾਵੇ, ਮੈਨੂੰ ਸਬਰ ਨਹੀਂ ਆਉਂਦਾ। ਸਾਨੂੰ ਉਹੀ ਰੋਟੀ ਟੁਕੜਾ ਦਿੰਦਾ ਸੀ ਜੀ, ਉਹੀ ਸਾਨੂੰ ਚਾਹ ਪਾਣੀ, ਅਸੀਂ ਤਾਂ ਉਹ ਤੋਂ ਬੜੇ ਮਜਬੂਰ ਹੋ ਰਹੇ ਜੀ। ਵੀ ਮੈਂ ਇੰਨੀ ਔਖੀ ਹਾਂ ਵੀ ਮੈਂ ਹੁਣ ਕੀ, ਕਦੇ ਕਦੇ ਮੇਰਾ ਇਹੀ ਕਰੂ ਵੀ ਮੈਂ ਵੀ ਉਹਦੇ ਬੇਟੇ ਵਾਂਗ ਤੁਰ ਜਾਂ, ਫਿਰ ਮੈਨੂੰ ਕਹਿੰਦਾ ਵੀ ਸਾਨੂੰ ਰੋਟੀ ਕੌਣ ਦਿਓ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਕੌਰ ਦੰਦੀਵਾਲ ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ, ਇੱਥੋਂ ਦੇ ਵਸਨੀਕ ਜਗਰਾਜ ਸਿੰਘ ਦੇ ਘਰ। ਇਹ ਜਿਹੜੇ ਵਸਨੀਕ ਨੇ ਜਗਰਾਜ ਸਿੰਘ, ਪਿਛਲੇ 2.5 ਸਾਲਾਂ ਤੋਂ ਇੱਕ ਬਹੁਤ ਹੀ ਵੱਡੇ ਦੁੱਖ ਦੇ ਨਾਲ ਜੂਝ ਰਹੇ ਨੇ। ਇਹਨਾਂ ਦਾ ਬੇਟਾ ਗੁਰਮੀਤ ਸਿੰਘ ਜੋ ਪਿਛਲੇ 2.5 ਸਾਲ ਤੋਂ ਹੈ ਗੁੰਮਸ਼ੁਦਾ ਹੈ, ਉਹਨਾਂ ਨੇ ਜਾਣ ਵੇਲੇ ਇੱਕ ਚਿੱਠੀ ਵੀ ਲਿਖ ਕੇ ਛੱਡੀ ਸੀ। ਆਓ ਕਰਦੇ ਇਹਨਾਂ ਦੇ ਨਾਲ ਗੱਲਬਾਤ ਅਤੇ ਜਾਣਦੇ ਕਿ ਕੀ ਹੈ ਅਸਲ ਦੇ ਵਿੱਚ ਇਹ ਦੁੱਖ ਭਰੀ ਕਹਾਣੀ। ਸਤਿ ਸ਼੍ਰੀ ਅਕਾਲ ਬੇਬੇ ਜੀ, ਤੁਸੀਂ ਦੱਸੋ ਵੀ ਅਸਲ ਦੇ ਵਿੱਚ ਜਿਹੜੀ ਇਹ ਕਹਾਣੀ ਹੈ, ਜਿਹੜੀ ਦੁੱਖ ਭਰੀ ਤੁਹਾਡੇ 'ਤੇ ਘਟਨਾ ਇਹ ਵਾਪਰੀ ਹੋਈ ਹੈ, ਅਤੇ ਇਹਦੇ ਕੀ ਰਾਜ ਹੈ, ਇਹ ਕੀ ਮਤਲਬ ਹੋਇਆ, ਕਦੋਂ ਵਾਪਰੀ? ਇਹਦੇ ਸਾਡਾ ਕੋਈ ਵੀ ਬੱਚਾ ਸਾਡਾ ਚੱਕਿਆ ਗਿਆ ਸੀ 4 ਮਹੀਨੇ 26 ਤਰੀਕ ਨੂੰ ਚੱਕਿਆ ਗਿਆ, ਸਾਨੂੰ ਉਹ ਬੱਚੇ ਦਾ ਕੋਈ ਹੱਲ ਨਹੀਂ ਮਿਲਿਆ ਹੈਗਾ। ਲਗਭਗ 2.5 ਸਾਲ ਹੋ ਗਏ? ਹਾਂ, 2.5 ਸਾਲ ਹੋ ਗਏ ਜੀ ਸਾਨੂੰ, ਅਤੇ ਨਾ ਤਾਂ ਸਾਨੂੰ ਕੋਈ ਪੁਲਿਸ ਨੇ ਕੀਤਾ ਕੁਛ, ਸਾਨੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਵੀ ਜਿਹਦੇ ਜਿਹਨਾਂ ਨੇ ਮੇਰਾ ਬੱਚਾ ਚੱਕਿਆ, ਉਹ ਤੋਂ ਚਿੱਠੀ ਵੀ ਮਿਲੀ ਹੈਗੀ ਵੀ ਮੈਨੂੰ ਬੱਚੇ ਦਾ ਕੋਈ ਇਨਸਾਫ਼ ਨਹੀਂ ਮਿਲਦਾ, ਵੀ ਨਾ ਮੈਨੂੰ ਜਿਉਂਦੇ ਦਾ ਪਤਾ ਲੱਗਦਾ ਨਾ ਮਾਰੇ ਦਾ ਪਤਾ ਲੱਗਦਾ, ਵੀ ਉਹਨਾਂ ਨੂੰ ਪੁਲਿਸ ਨੇ ਕੁਛ ਨਹੀਂ ਕੀਤਾ ਹੈਗਾ, ਮੈਂ ਗਰੀਬਣੀ ਹਾਂ, ਮੇਰੇ ਕੋਲ ਬਾਹਰ ਬੂੜ ਹੈ ਨਹੀਂ। ਆਖਰੀ ਵਾਰ ਤੁਹਾਡੀ ਕਦੋਂ ਗੱਲ ਹੋਈ ਸੀ ਉਹਨਾਂ ਨਾਲ? ਆਖਰ ਜੀ ਮੇਰੇ ਹੱਥ ਨੇ ਗੱਲ ਹੋਈ ਹੈ ਜੀ ਮੇਰੇ ਨਾਲ, ਊਂ ਤਾਂ ਮੇਰੇ ਹੱਥ ਨੇ 5 ਵਜੇ ਗੱਲ ਕੀਤੀ ਵੀ ਮਾਂ ਮੈਂ ਜਗਰਾਤੇ 'ਤੇ ਚੱਲਿਆ, ਜਗਰਾਤੇ ਸਾਹਿਬ ਨੂੰ ਮਾਰ ਕੇ ਲੈ ਗਏ ਉਹਨੂੰ, ਵੀ ਮੈਂ ਤੜਕੇ 4 ਵਜੇ ਆਊਂਗਾ। ਉਹ ਤੋਂ ਬਾਅਦ ਮੈਨੂੰ ਉਹਨੇ 8-9 ਵਜੇ ਫੋਨ ਕੀਤਾ ਹੈਗਾ, ਮੈਂ ਟਾਈਮ ਨਹੀਂ ਅਸਲ ਦੇਖਿਆ ਗਿਆ, ਮੈਂ ਬੌਂਦਲ ਗਈ ਕਿ ਵੀ ਮਾਂ ਮੈਂ ਤੈਨੂੰ ਆਖ ਇਸ ਤੋਂ ਬਾਅਦ ਮਿਲਦਾ ਨਹੀਂ, ਮੇਰੀਆਂ ਆਖਰੀ ਗੱਲਾਂ ਨੇਗੀਆਂ, ਵੀ ਮੇਰਾ ਤਾਂ ਮੈਂ ਮਜਬੂਰ ਹੋ ਗਿਆ, ਮੈਂ ਪੁੱਤ ਤੂੰ ਐਂ ਕਰ ਛੇਤੀ ਘਰ ਆ ਜਾ, ਤੂੰ ਦੁਬਾਰੇ ਬਾਈ ਜੀ ਗੱਲ ਕੀ ਹੋ ਗਈ, ਕਹਿ ਮੈਂ ਹਮੇਂ ਬੋਲ ਨਹੀਂ ਸਕਦਾ, ਉਹਨੇ ਉਸ ਫੋਨ ਕੱਟ ਦਿੱਤਾ। ਅਤੇ ਜਿਹੜੀ ਤੁਹਾਨੂੰ ਚਿੱਠੀ ਮਿਲੀ ਹੈ, ਉਹ ਚਿੱਠੀ ਦੇ ਬਾਰੇ 'ਚ ਤੁਸੀਂ ਦੱਸੋਗੇ ਕਿ ਕਿੱਥੋਂ ਮਿਲੀ ਹੈ ਤੁਹਾਨੂੰ ਉਹ ਚਿੱਠੀ? ਚਿੱਠੀ ਜੀ ਭਾਖੜਾ 'ਤੇ ਗੱਡੀ 'ਤੇ ਆਈ ਸੀ, ਅਸੀਂ ਜਦੋਂ ਅਸੀਂ ਉੱਧਰ ਨੂੰ ਉਹਨੇ ਕਿਹਾ ਵੀ ਮੈਨੂੰ ਇੱਧਰ ਲੈ ਗਿਆ ਸੀ ਮਾਂਗਰ ਭੱਜਣ ਲਈ। ਠੀਕ ਹੈ, ਗੱਡੀ ਉਹਨਾਂ ਦੀ ਸੀ, ਗੱਡੀ ਚਲਾਉਂਦੇ ਸੀ ਉਹ? ਹਾਂ, ਗੱਡੀ ਉਹਨਾਂ ਕੋਲ ਸੀ ਜੀ, ਮੈਡਮਾਂ ਲੈ ਕੇ ਜਾਂਦਾ ਉਹਨਾਂ ਸਕੂਲ 'ਚ ਬਲਿਆਲੇ, ਉਹ ਜਦੋਂ ਉੱਥੇ ਆਪਣਾ ਲੈ ਗਏ ਸਾਈ ਕਰਾ ਕੇ, ਸਾਨੂੰ ਉਹਨੇ ਇਹੀ ਗੱਲਾਂ ਕੀਤੀਆਂ ਵੀ ਮੈਂ ਸਾਈ 'ਤੇ ਜਾਂਦਾ, ਹੱਥ ਨੇ ਸਾਡੇ ਕੋਲ 9 ਵਜੇ ਫੋਨ ਆ ਕੀਤਾ ਗੱਲਾਂ ਉਹਨੇ ਵੀ ਮੈਂ ਸੇ ਮੇਰੀਆਂ ਆਖਰੀ ਗੱਲਾਂ ਨੇ, ਮੈਂ ਤੁਹਾਨੂੰ ਮਿਲਦਾ ਨਹੀਂ, ਮੇਰੀ ਭਾਖੜਾ ਤੋਂ ਗੱਡੀ ਲੈ ਜਾਓ, ਮੁੜ ਕੇ ਉਹਨੇ ਫੋਨ ਨਹੀਂ ਕੀਤਾ। ਅਸੀਂ ਲੈ ਗਏ, ਮੈਂ ਦੂਜੇ ਬੇਟਿਆਂ ਨੂੰ ਹੱਥ ਬੰਨ ਕੇ ਹੋਰ ਭੈਣਾਂ ਭਾਈਆਂ ਨੂੰ ਲੈ ਕੇ ਗਈ ਵੀ ਭਈ ਰਾਤ। ਕਿੰਨੇ ਬੇਟੇ ਨੇ ਹੋਰ ਤੁਹਾਡੇ? 3 ਬੇਟੇ ਨੇ ਜੀ। 3 ਬੇਟੇ ਸਭ ਸਾਡਾ ਗੁਜ਼ਾਰਾ ਉਹਦੇ ਨਾਲ ਚੱਲਦਾ ਜੀ, 2 ਬੇਟਿਆਂ ਦਾ ਅਲੱਗ, ਆ ਤਾਂ ਕਮਾ ਕੇ ਖਾਂਦੇ ਨੇ ਵਿਚਾਰੇ ਗੱਡੀ ਗੁੱਡੀਆਂ 'ਤੇ ਲੱਗ ਕੇ, ਹੈ ਉਹਨਾਂ ਕੋਲ ਵੀ ਕੁਛ ਨਹੀਂ ਹੈਗਾ, ਟਾਈਮ ਪਾਸ ਕਰਦੇ ਨੇ ਕਿ 5-7 ਹਜ਼ਾਰ ਰੁਪਇਆ ਤਨਖਾਹ ਦਾ ਮਹੀਨੇ ਦਾ ਉਹਨਾਂ ਕੋਲ, ਆਪਦੇ ਬੱਚੇ ਪਾਲਦੇ ਨੇ ਉਹ, ਮੇਰੇ ਮਾਂਗਰ ਹੁਣ ਕੀ ਲੱਗਣਗੇ ਉਹ, ਵੀ ਜਦੋਂ ਉਹਨਾਂ ਦਾ ਆਪਦੇ ਨਹੀਂ ਖਰਚੇ ਪੂਰੇ ਹੁੰਦੇ, ਮੈਂ ਉਹਨਾਂ ਨੂੰ ਕਹਿੰਦੀ ਹੋਈ ਨਹੀਂ ਹੈਗੀ ਵੀ ਇਹਨਾਂ ਦਾ ਆਪਦਾ ਖਰਚਾ ਪੂਰਾ ਨਹੀਂ ਹੁੰਦਾ, ਵੀ ਮੈਂ ਤੜਫਦੀ ਫਿਰਦੀ ਵੀ ਮੇਰਾ ਕੋਈ ਹੱਲ ਬਣ ਜਾਵੇ, ਮੈਨੂੰ ਇਨਸਾਫ ਮਿਲ ਜਾਵੇ ਬੱਚੇ ਦਾ, ਵੀ ਮੈਂ ਤੜਫਦੀ ਫਿਰਦਾ, ਉਹਦੇ ਨਾਲ ਅਸੀਂ ਰੋਟੀ ਖਾਂਦੇ, ਅੱਜ ਅਸੀਂ ਰੋਟੀ ਤੋਂ ਵੀ ਭੁੱਖੇ ਬੈਠੇ, ਬਸ ਆਹ ਮੈਂ ਦੁਖੀ ਹੋਈ, ਬਸ ਮੈਂ ਕੜਪਦੀ ਤੁਰੀ ਫਿਰਦੀ ਹਾਂ, ਮੈਂ ਡਰਦੀ ਉਹਨਾਂ ਨੂੰ ਵੀ ਨਹੀਂ ਕਹਿੰਦੀ, ਜਦੋਂ ਉਹਨਾਂ ਕੋਲ ਕੁਛ ਹੈ ਹੀ ਨਹੀਂ ਵਿਚਾਰਿਆਂ ਕੋਲ, ਉਹਨਾਂ ਕੁ ਕਮਾਉਂਦੇ ਨੇ, ਉਹਨਾਂ ਕੀ ਖਾਂਦੇ ਨੇ, ਅਸੀਂ ਅਲੱਗ ਉਸ ਬੇਟੇ ਨਾਲ 'ਤੇ ਗਏ,
कमा के सानू कमाउंदा सी उहदा सानू सहारा सी उह तों बिना हुण साडा कुछ भी नहीं बनता असीं दुखी हुंदे तुरे फिरदे सानू तां इह कहे गए वी मुंडा छोटा भज्जिआ होइआ मुंडा छोटा उड्डिआ होइआ मुंडा तेरे मुंडिआं चों कढ़ना कि मैनू इही डराबे दे गए साडी किसे ने भी नहीं सुनी हैगी बस आईं तुरे फिरे असीं आ जा करिए लै के मुड़े जा करिए पंचायत उत्तों मुड़े आया करिए जे असीं जी धरना लाया तीन दिन धरना लाई रख्या उन्हें पंचायत को कहा एक पता नहीं कौन कितों का मंत्री आया सीगा उन्होंने बिच विचाले करके भी उन्होंने 11 बजे कल असी सारे बंदे रजिस्टर कर लेंगे भी तुम ये बदनामी ना करो वो कह गए सरपंच को मैनू भी सारे कह ला के जो दाव पै जाती है गण दबते हैं क्या भी तुम धरना चक लो भी सवेरे 11 बजे रजिस्टर कर लेंगे रजिस्टर किने करना जो अस 11 बजे से गए वो मुंडा जी जो मुंडा चक्या है वो अ बैठा है मैंने कहीं भी तू तो बोलती वाली है कहीं मैं कह जी बोला मैं दुखी हाँ कहती फिर अं हौली हौली गल बन जूगा मुड़ के मेरा उन्होंने कोई सुनी नहीं है जो सुनी ना उदू बाद असं बठिंडे बागे बठिंडे बागे आई जी के बागे सानू वो कहना भी जो असं जो मसा असं लेके गए गड्डी गुड्डी भैन भाइयों को कह के आई जी ने भी सानू ये गल कही कहना भी तुम तो राजी बंदा करी बैठे हो सविंदर असं मैं फोन लाया कहना भी तुम भी की कर रहे अंगूठा लाई बैठे हैं अजी जी डर गए भी कई बार मैं तो अंगूठा उन्होंने लवा ना लिया हो गए असं घर आके सरपंच ना गल करी वो कहना भी कौन कहना है असं उस टाइम वो को गए भी तू सू गल कहनी उतों बठिंडे तो मुड़े आए उन्हें सू जवाब देता जी तो राजी बंदा होगा वोड़ा की गल बनू ये कहें भी कौन कहना मैं तो यह गल ही नहीं कही वो तो किसी का होर रौला थी कहती वो आम हो रही निकल गई सानू तो बस आह जवास हो उतों फिर उस सू कह लगे भी दो बंदे सहचार वाले भी भेजो चंडीगढ़ केस ला दो छोटा केस दब जू बेच तो कोई हल नहीं असं भैन भाइयों तो बास पाई आप झूठ मारते किसी ने उन्होंने 5 दिता किसी ने 7 दिता चंडीगढ़ पहुँच गई उन्होंने मेरे तो सारे लिख लिख्या करा ली मैनू जज के बयान नहीं हुए है मूँ मैं लैके वकील ने बह जा करना ऐ बह के आ जा करना कह दिया करना वो तो पहला आवाज बज गई कह दिया करना वो पिछों आवाज बज गई मैंने रात ही नहीं आया है ना मैंने पता ही गल का ना ही मेरे बेटे आए थे इस काम से उदो ना भी जाते रहे बेचारे उस बाद हूँ करिए भी असं की करिए असं अपने बच्चे पालिए कि असं छोटे ना जाइए मेरे ना कहानी बीती पी है किसी वालों कोई भी हल नहीं हो कोई हल नहीं हो भी मेरा हल मैं यही हथ मन के कहनी हाँ गी भी मेरा कोई हल कर दे मैं बाहर ही औखी हाँ गी मेरा ना कोई भैन ना भाई कोई नहीं सुन रहा है सुनने रहा जो कोई मेरे को भी कुछ नहीं है मैं तो गरीबनी हाँ गी मैं हथ मन दी हाँ भी मेरे बेटे का मैनू इंसाफ मिल जाए मैनू सबर नहीं आता आ बारा बस कहानी हैगी सुनी ना मेरी बुलाडे सुनी ना मेरी मानसा सुनी मेरी गल नहीं किसी ने भी सुनी हैगी भी मैं इन्नी औखी हाँ भी मैं हूँ कि कदे कदे मेरा ऐसी करूँ भी मैं भी अभी बेटे मांग तुर जा फिर मैं कह दें भी सानू रोटी कौन दे तू ये काम ना कर भी असं तेरे नाल खड़े जाए जाए गया एक सानू जी फोटो दिती थी पहला मैनू कहते भी तेरे बेटे की फोटो हैगी भी तेरा बेटा आ गया सानू मैनू कहते भी तेरा सैंपल दे मैं कह लगी मेरा बच्चा नहीं है ये मैनू कहते भी नहीं है कि तुम धक्का ना करो बच्चा छोड़ा इसे दब जूगा अस तो रब्द कर देंगे भी जो तुम नहीं सैंपल देंगे मैं डरती सैंपल देन गई मेरा सैंपल लै लिया उन्होंने सैंपल लैके मैंने उन्होंने पूछा भी ये रिपोर्ट मैनू कदों मिलेगी मैनू कहते भी तो महीने भी दिन की आजूगी ऐ करते कराते जी तो 10-12 महीने लंघ गए मुड़ के मैंने उन्होंने कोई रवट होने अच्छे रिपोर्ट आऊगी फिर तेरा हल होगा कल रिपोर्ट आऊ मैंने जी लारें लाई रख्या फिर भी मैंने कोई रवट हो जाती थी साल रूढ़ से हो गया होना उस बाद मैं फिर बुलाडे गई मैं क्या जी मैनू रिपोर्ट का बार दसो मैं रिपोर्ट क्यों नहीं आई पे वो कहते रिपोर्ट तो तेरी 7 महीने की आई पी है मैं क्या जी फिर मैंने दसा गया मैं किन्ने बारी आके मुड़ गई कहते भी दसना की भी ये बेटे का छोटे का भी मेल नहीं है भी तेरा बेटा नहीं है मैं क्या जी वो फिर इन्ना चिर क्यों लगाया तुम मैं इस रिपोर्ट के अलझा पाई रख्या भी मेरे हम चंडीगढ़ केस लगे मेरा कोई केस तो भी हल नहीं बना गया वो भी मैनू कोई समझ नहीं आई थी मेरे केस बारे कहते कोर्ट बनता भी ना मेरे जज के बयान हुए ने ना कराए किसी ने मैनू पता नहीं लगता मैनू की भाणा बीतिया मेरे पुत्रा भी की उन्होंने किया ज मारता जा की करता भी मैनू यदा हल होना चाहिए तो गुरमीत सिंह की रिश्ता से है मैं वह चाचा जी असी तो एक इंसाफ भालते हैं जी किमें हैगा जी उमें सू मिलना चाहिए असं तो हथ बन के कहने पिंड के लोगों भी कहा होर भी कहा भी सानू इंसाफ दो कोई किमें अस गरीब बंद जी टाइम पास आपका करते
ਸਾਨੂੰ ਉਹੀ ਰੋਟੀ ਟੁਕੜਾ ਦਿੰਦਾ ਸੀ ਜੀ, ਉਹੀ ਸਾਨੂੰ ਚਾਹ ਪਾਣੀ, ਅਸੀਂ ਤਾਂ ਉਹ ਤੋਂ ਬੜੇ ਮਜਬੂਰ ਹੋ ਰਹੇ ਜੀ। ਇਸ ਤੋਂ ਪਹਿਲਾਂ ਅਸੀਂ ਗੁਰਮੀਤ ਦੀ ਮੰਮੀ ਨਾਲ ਗੱਲ ਕੀਤੀ ਹੈ ਅਤੇ ਉਹਦੇ ਚਾਚਾ ਜੀ ਨਾਲ ਗੱਲ ਕੀਤੀ, ਅਤੇ ਹੁਣ ਗੱਲ ਕਰਦੇ ਉਹਨਾਂ ਦੀ ਚਾਚੀ ਜੀ ਨਾਲ, ਅਤੇ ਜਾਣਦੇ ਹੈਗੇ ਕਿ ਉਹਨਾਂ ਦੀ ਕੀ ਮੰਗ ਹੈ ਸਰਕਾਰ ਤੋਂ, ਉਹ ਕੀ ਚਾਹੁੰਦੇ ਨੇ? ਸਾਡੀ ਤਾਂ ਜੀ ਇਹੀ ਮੰਗ ਹੈ, ਸਾਨੂੰ ਮੁੰਡਾ ਚਾਹੀਦਾ ਜੀ। ਸਾਨੂੰ ਕੋਈ ਪੜਤਾਲ ਨਹੀਂ ਹੋਈ, ਤੁਹਾਨੂੰ 2 ਸਾਲ ਹੋ ਗਏ, ਪੜਤਾਲ ਹੋਣੀ ਚਾਹੀਦੀ, ਇਹੀ ਸਾਡੀ ਕੋਈ ਪੜਤਾਲ ਕਿਉਂ ਨਹੀਂ ਹੋਈ, ਹੋਣੀ ਚਾਹੀਦੀ। ਅਸੀਂ ਜੀ ਸਾਰਿਆਂ ਨੂੰ ਕਹਿੰਦੇ ਹਾਂ ਲੱਖੇ ਸਧਾਉਣੇ ਵਾ ਹੋਰਾਂ ਨੂੰ, ਵੀ ਸਾਡੇ ਨੂੰ ਬਾਂਹ ਫੜਨਾ ਜੀ, ਕੋਈ ਨਹੀਂ ਬਾਂਹ ਫੜਦਾ ਜੀ, ਸਾਡੇ ਇਹੀ ਮੰਗ ਹੈ ਜੀ ਸਾਡੀ। ਜਦੋਂ ਇਸ ਸੰਬੰਧੀ SHO ਬੁਢਲਾਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਦਿੱਤੀ, ਆਓ ਦੇਖਦੇ ਹਾਂ। ਇਹ ਉਹੀ ਹੈ ਮੁੰਡਾ, ਦਾ ਟੈਕਸੀ ਡਰਾਈਵਰ ਸੀ ਮੁੰਡਾ? ਹਾਂਜੀ ਹਾਂਜੀ। ਇਹਦੇ 'ਚ ਯਾਰ ਇਹਦੀ ਡੈਡ ਬਾਡੀ ਨਹੀਂ ਮਿਲੀ ਸੀ ਜਿਸ ਤੱਕ ਮੈਂ ਪੜ੍ਹੀ FIR, ਅਤੇ ਜਿਹੜਾ ਉਹਦਾ ਸੁਸਾਈਡ ਨੋਟ ਸੀਗਾ ਉਹਦਾ ਵੀ ਮਿਲਾਨ ਹੋ ਗਿਆ ਸੀਗਾ। ਕੋਈ ਹਿਸਾਰ ਤੋਂ ਦੰਦ ਅਤੇ ਹੱਡੀਆਂ ਵਗੈਰਾ ਮਿਲੀਆਂ ਸੀ, ਉਹਦਾ DNA ਸੈਂਪਲਿੰਗ ਵਾਸਤੇ ਭੇਜਿਆ ਸੀ ਇਹਦੀ ਮਦਰ ਨਾਲ, ਉਹ ਮਿਸਮੈਚ ਹੋ ਗਿਆ ਸੀ। ਅੱਛਾ ਜੀ, ਠੀਕ। ਉਹਦੇ 'ਚ ਮੇਰੇ ਨਾਲ 2 ਕੁ ਬੰਦਿਆਂ ਦੀ ਰੈਗੂਲਰ ਬੇਲ ਪੈਂਡਿੰਗ ਹੈ, ਉਹ ਹਾਈ ਕੋਰਟ ਤੋਂ ਉਹਨਾਂ ਦੀ ਬੇਲ ਹੋ ਕੇ ਸਾਡੇ ਕੋਲ ਸ਼ਾਮਿਲ ਕੀਤੀ ਹੋ ਗਈ ਸੀ। 2 ਬੰਦਿਆਂ ਦੀ ਰੈਗੂਲਰ ਬੇਲ ਪੈਂਡਿੰਗ ਹੈ, ਜੋ ਵੀ ਉਹ ਕਨਫਰਮ ਹੋ ਗਈ ਸੀ ਚਲਾਣ ਦੇ। ਓਕੇ ਸਰ, ਓਕੇ, ਹਾਂਜੀ, ਠੀਕ, ਠੀਕ ਸਰ। ਮੈਂ ਮਨਪ੍ਰੀਤ ਕੌਰ ਦੰਦੀਵਾਲ ਆਪਣੇ ਵੱਲੋਂ ਸਭ ਨੂੰ ਅਪੀਲ ਕਰਦੀ ਹਾਂ ਕਿ ਜਿੰਨੀ ਵੀ ਹੋ ਸਕਦੀ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਬੇਟਾ ਜਲਦੀ ਤੋਂ ਜਲਦੀ ਇਹਨਾਂ ਨੂੰ ਵਾਪਸ ਮਿਲ ਜਾਵੇ।